दोस्तों जून ਦੇ ਵਿੱਚ ਜਿਹੜੇ ਹੈ ਦੋ ਗ੍ਰਹਿਣ ਲੱਗਣ ਜਾ ਰਹੇ ਆ। ਪਹਿਲਾ ਗ੍ਰਹਿਣ ਜਿਹੜਾ ਹੈਗਾ ਚੰਦਰ ਗ੍ਰਹਿਣ ਹੈ 5 ਜੂਨ ਨੂੰ, ਤੇ ਦੂਜਾ ਹੈ ਸੂਰਯ ਗ੍ਰਹਿਣ ਜਿਹੜਾ 21 ਜੂਨ ਨੂੰ ਲੱਗੇਗਾ। ਅੱਜ ਅਸੀਂ ਗੱਲ ਕਰਾਂਗੇ 5 ਜੂਨ ਦੇ ਚੰਦਰ ਗ੍ਰਹਿਣ ਦੇ ਬਾਰੇ ਕਿ ਇਹਦਾ ਕੀ ਸਮਾਂ ਹੈਗਾ, ਕੀ ਕੀ ਸਾਵਧਾਨੀਆਂ ਵਰਤਣੀਆਂ ਪੈਣਗੀਆਂ, ਤੇ ਕੀ ਕੀ ਘਟਨਾਵਾਂ ਆ ਸਕਦੀਆਂ, ਤੇ ਕਿਸ ਰਾਸ਼ੀ ਵਾਲੇ ਦੇ ਲਈ ਕਿਹੜਾ ਮੰਤਰ ਉਚਾਰਨ ਤੇ ਕਿਹੜਾ ਦਾਨ ਉਚਿਤ ਹੋ ਸਕਦਾ ਹੈ। ਸੋ 5 ਜੂਨ ਨੂੰ ਗ੍ਰਹਿਣ ਜਿਹੜਾ ਹੈ ਰਾਤ ਦੇ 11:15 ਤੇ ਸ਼ੁਰੂ ਹੋਏਗਾ ਤੇ 6 ਜੂਨ ਨੂੰ ਤੜਕੇ ਦੇ 2:34 ਤੱਕ ਚੱਲੇਗਾ। ਭਾਰਤ ਦੇ ਵਿੱਚ ਇਹ ਗ੍ਰਹਿਣ ਜਿਹੜਾ ਹੈ 3:18 ਦਾ ਹੋਏਗਾ। ਇਹ ਗ੍ਰਹਿਣ ਵੈਸੇ ਵਿਸ਼ਵ ਦੇ ਵਿੱਚ ਏਸ਼ੀਆ, ਯੂਰਪ, ਆਸਟ੍ਰੇਲੀਆ, ਅਫਰੀਕਾ ਦੇ ਵਿੱਚ ਦੇਖਿਆ ਜਾ ਸਕਦਾ ਹੈ, ਕਿਉਂਕਿ ਇਹ ਜਿਹੜਾ ਗ੍ਰਹਿਣ ਹੈਗਾ ਉਪਛਾਇਆ ਚੰਦਰ ਗ੍ਰਹਿਣ ਹੈਗਾ। ਇਸ ਲਈ ਆਮ ਦਿਨਾਂ ਦੇ ਚੰਦਰਮਾ ਦੀ ਤਰ੍ਹਾਂ ਹੀ ਇਸ ਵਾਰੀ ਵੀ ਅਸੀਂ ਚੰਦਰਮਾ ਨੂੰ ਦੇਖ ਸਕਾਂਗੇ। ਸੋ ਉਹਦੇ ਆਕਾਰ ਦੇ ਵਿੱਚ ਕੋਈ ਵੀ ਪਰਿਵਰਤਨ ਨਹੀਂ ਹੋਏਗਾ, ਉਹਦੀ ਸ਼ੇਪ ਬਿਲਕੁਲ ਹੀ ਸੇਮ ਦਿਖਾਈ ਦੇਗੀ। ਹਾਂ, ਕੁਝ ਮੈਲਾ ਜਿਹਾ ਜ਼ਰੂਰ ਦਿਖਾਈ ਦੇ ਸਕਦਾ ਹੈ। ਸੋ ਇਸ ਤੋਂ ਪਹਿਲਾਂ ਐਸਾ ਹੀ ਇੱਕ ਚੰਦਰ ਗ੍ਰਹਿਣ ਜਿਹੜਾ ਹੈ 10 ਜਨਵਰੀ 2020 ਨੂੰ ਲੱਗਿਆ ਸੀਗਾ, ਜਿਹਦੇ ਬਾਰੇ ਅਸੀਂ ਪੂਰੀ ਡਿਟੇਲ ਆਪਣੇ ਜਨਵਰੀ 2020 ਦੇ ਇੱਕ ਐਪੀਸੋਡ ਦੇ ਵਿੱਚ ਸਾਡੇ ਯੂਟਿਊਬ ਚੈਨਲ ਐਸਟ੍ਰੋਲੋਜਰ ਸੁਖਵਿੰਦਰ ਲੁਧਿਆਣਾ ਇੰਡੀਆ ਤੇ ਦਿੱਤੀ ਸੀ, ਤੁਸੀਂ ਉਹਦੇ ਤੇ ਵੀ ਦੇਖ ਸਕਦੇ ਹੋ। ਸੋ ਹਾਲਾਂਕਿ ਇਹ ਜਿਹੜਾ ਉਪਛਾਇਆ ਚੰਦਰ ਗ੍ਰਹਿਣ ਹੋਏਗਾ, ਇਸ ਲਈ ਇਹਦਾ ਸੂਤਕ ਕਾਲ ਮਾਨਨੀਯ ਨਹੀਂ ਹੋਏਗਾ। ਹਾਲਾਂਕਿ ਜੋਤਿਸ਼ ਦੇ ਵਿੱਚ ਉਪਛਾਇਆ ਚੰਦਰ ਗ੍ਰਹਿਣ ਨੂੰ ਅਸਲ ਗ੍ਰਹਿਣ ਨਹੀਂ ਮੰਨਿਆ ਜਾਂਦਾ, ਤੇ ਉਹ ਵੀ ਗ੍ਰਹਿਣ ਅਸਲ ਨਹੀਂ ਹੁੰਦਾ ਜਿਹਨੂੰ ਆਪਾਂ ਖੁੱਲੀਆਂ ਅੱਖਾਂ ਦੇ ਨਾਲ ਦੇਖ ਸਕੀਏ ਤੇ ਕੋਈ ਜ਼ਿਆਦਾ ਇਫੈਕਟ ਨਾ ਹੋ ਸਕੇ। ਜੇ ਆਪਾਂ ਉਪਛਾਇਆ ਚੰਦਰ ਗ੍ਰਹਿਣ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਜਿਹੜਾ ਹੈ ਪ੍ਰਿਥਵੀ ਦੀ ਛਾਂ ਦਾ ਇੱਕ ਹਿੱਸਾ ਚੰਦਰਮਾ ਤੇ ਪੈਂਦਾ ਤੇ ਚੰਦਰਮਾ ਆਮ ਤੋਂ ਥੋੜ੍ਹਾ ਜਿਹਾ ਮੈਲਾ ਤੇ ਗਹਿਰਾ ਦਿਖਾਈ ਦਿੰਦਾ ਹੈ। ਹਾਲਾਂਕਿ 5 ਜੂਨ ਸ਼ੁੱਕਰਵਾਰ ਨੂੰ ਜੇਠ ਮਹੀਨੇ ਦੀ ਪੂਰਨਮਾਸ਼ੀ ਤਾਰੀਖ ਹੋਏਗੀ। ਸੋ ਇਹਦੇ ਵਿੱਚ ਵੀ ਜਿਹੜਾ ਹੈ ਆਪਾਂ ਕਰ ਸਕਦੇ ਹਾਂ ਭਗਵਾਨ ਸੱਤਿਆ ਨਾਰਾਇਣ ਜੀ ਦੀ ਪੂਜਾ। ਸੋ ਜਿਹਦੀ ਵੀ ਕੁੰਡਲੀ ਦੇ ਵਿੱਚ ਚੰਦਰ, ਸ਼ਨੀ, ਚੰਦਰ, ਰਾਹੂ ਜਾਂ ਸੂਰਿਆ ਚੰਦਰ ਦਾ ਯੁਤੀਆਂ ਬੈਠੀਆਂ ਹੈਗੀਆਂ, ਉਹਨਾਂ ਨੂੰ ਚੰਦਰ ਦੀ ਸਥਿਤੀ ਜਿਹੜੀ ਹੈ 8ਵੇਂ, 12ਵੇਂ ਜਾਂ ਜਿਹੜਾ 6ਵੇਂ ਦੇ ਵਿੱਚ ਉਹਨਾਂ ਦੀ ਹੈ ਮਾਰਕੇਸ਼ ਦੇ ਵਿੱਚ, ਤੇ ਉਹਨਾਂ ਨੂੰ ਕਿਸੇ ਵੀ ਬ੍ਰਾਹਮਣ ਦੇ ਦੁਆਰਾ ਨਦੀ ਜਾਂ ਨਹਿਰ ਦੇ ਕੋਲ ਬੈਠ ਕੇ ਚੰਦਰ ਦੀ ਪੂਜਾ ਕਰਨੀ ਚਾਹੀਦੀ ਹੈ। ਤੇ ਬਾਅਦ ਦੇ ਵਿੱਚ ਜਿਹੜਾ ਹੈ ਚੰਦਰਮਾ ਦੀ ਵਸਤੂਆਂ ਯਾਨੀ ਕਿ ਦੁੱਧ, ਦਹੀਂ, ਸਫੇਦ ਵਸਤਰ ਦਾ ਦਾਨ ਕਰ ਦੇਣਾ ਚਾਹੀਦਾ। ਜੇ ਸੰਭਵ ਹੋਵੇ ਤਾਂ ਘਰੇ ਹੀ ਬੈਠ ਕੇ ਓਮ ਸੋਮ ਸੋਮਾਏ ਨਮਾ ਦਾ ਮੰਤਰ ਦਾ ਜਾਪ ਜਿਹੜਾ 11 ਮਾਲਾ ਤੱਕ ਤਾਂ ਕਰ ਸਕਦੇ ਹਾਂ, ਤੇ ਦੁੱਧ ਤੇ ਚੀਨੀ ਦਾ ਦਾਨ ਵੀ ਕਰ ਸਕਦੇ ਹਾਂ। ਹਾਲਾਂਕਿ ਇਸ ਗ੍ਰਹਿਣ ਨੂੰ ਨੰਗੀਆਂ ਅੱਖਾਂ ਦੇ ਨਾਲ ਦੇਖਿਆ ਜਾ ਸਕਦਾ, ਲੇਕਿਨ ਫਿਰ ਵੀ ਜੇ ਕੋਈ ਫਿਲਟਰ ਵਾਲੇ ਚਸ਼ਮੇ ਦੇ ਨਾਲ ਇਹਨੂੰ ਦੇਖੇ ਤਾਂ ਜ਼ਿਆਦਾ ਵਧੀਆ ਹੋ ਸਕਦਾ। ਜੇ ਚਾਹੋ ਤਾਂ ਟੈਲੀਸਕੋਪ ਦੀ ਮਦਦ ਦੇ ਨਾਲ ਦੇਖੋਗੇ ਤਾਂ ਬਹੁਤ ਹੀ ਖੂਬਸੂਰਤ ਨਜ਼ਾਰਾ ਦਿਖਾਈ ਦੇ ਸਕਦਾ। ਜਿੱਥੋਂ ਤੱਕ ਆਪਾਂ ਪ੍ਰੈਗਨੈਂਟ ਲੇਡੀਜ਼ ਦੀ ਗੱਲ ਕਰਦੇ ਹਾਂ ਤਾਂ ਗ੍ਰਹਿਣ ਦੇ ਸਮੇਂ ਉਹਨਾਂ ਨੂੰ ਕੁਝ ਖਾਸ ਸਾਵਧਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰੈਗਨੈਂਟ ਲੇਡੀਜ਼ ਨੂੰ ਗ੍ਰਹਿਣ ਦੇ ਸਮੇਂ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਤੇ ਨਾ ਹੀ ਇਸ ਦੌਰਾਨ ਕੁਝ ਵੀ ਖਾਣਾ ਪੀਣਾ ਚਾਹੀਦਾ। ਉਹਨਾਂ ਨੂੰ ਚਾਕੂ, ਛੁਰੀ, ਤੇਜ਼ ਧਾਰ ਦੀਆਂ ਚੀਜ਼ਾਂ ਜਿਹੜੀਆਂ ਉਹਦੇ ਨਾਲ ਕੱਟਣਾ ਜਾਂ ਸਿਲਾਈ ਦਾ ਇੱਦਾਂ ਦਾ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ। ਤੇ ਗ੍ਰਹਿਣ ਤੋਂ ਪਹਿਲਾਂ 2 ਘੰਟੇ ਪਹਿਲਾਂ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਤੁਲਸੀ ਦੇ ਪੱਤੇ ਪਾ ਦੇਣੇ ਚਾਹੀਦੇ ਤਾਂ ਕਿ ਗ੍ਰਹਿਣ ਦੀ ਨੈਗੇਟਿਵ એનર્ਜੀ ਤੇ ਉਹਦੀਆਂ ਜ਼ਹਿਰੀਲੀਆਂ ਕਿਰਨਾਂ ਦਾ ਉਹਨਾਂ ਦੇ ਉੱਤੇ ਅਸਰ ਨਾ ਪਵੇ। ਇਸ ਦੌਰਾਨ ਜੇ ਪ੍ਰੈਗਨੈਂਟ ਲੇਡੀ ਸੰਤਾਨ ਗੋਪਾਲ ਸਤੋਤਰ ਜਾਂ ਵਿਸ਼ਨੂੰ 40 ਦਾ ਪਾਠ ਕਰਨ ਜਾਂ ਇਹਦੇ ਨਾਲ ਨਾਲ ਹੀ ਜਿਹੜਾ ਹੈ ਮਹਾਮ੍ਰਿਤਿੰਜਾ ਮੰਤਰ ਦਾ ਵੀ ਜਾਪ ਕਰਨ ਤਾਂ ਉਹਨਾਂ ਲਈ ਬਹੁਤ ਵਧੀਆ ਸਾਬਤ ਹੋ ਸਕਦਾ ਹੈ। ਗ੍ਰਹਿਣ ਖਤਮ ਹੋਣ ਤੋਂ ਬਾਅਦ ਸਨਾਨ ਕਰ ਲੈਣਾ ਚਾਹੀਦਾ, ਜੇ ਸੰਭਵ ਨਾ ਹੋਵੇ ਤਾਂ ਸਵੇਰੇ ਉੱਠ ਕੇ ਜਲਦੀ ਸਨਾਨ ਕੀਤਾ ਜਾ ਸਕਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਗ੍ਰਹਿਣ ਦੇ ਸਮੇਂ ਵੱਖ ਵੱਖ ਰਾਸ਼ੀਆਂ ਦੇ ਕਿਹੜੇ ਕਿਹੜੇ ਦਾਨ ਕੀਤੇ ਜਾ ਸਕਦੇ ਆ, ਉਹਦੇ ਲਈ ਤੁਸੀਂ ਜਿਹੜਾ ਹੈਗਾ ਅੱਜ ਦੇ ਗੋਚਰ ਦੇ ਉੱਤੇ ਜੇ ਦ੍ਰਿਸ਼ਟੀ ਪਾਉਂਦੇ ਹੋ ਤੇ ਕਿਹੜੀਆਂ ਕਿਹੜੀਆਂ ਰਾਸ਼ੀਆਂ ਦੇ ਵਿੱਚ ਕਿਹੜੇ ਕਿਹੜੇ ਗ੍ਰਹਿ ਹੈਗੇ ਆ, ਉਸ ਸਮੇਂ ਕਿੱਦਾਂ ਦੀ ਸੰਭਾਵਨਾ ਹੈ, ਇਹਦੀ ਆਪਾਂ ਗੱਲ ਕਰਦੇ ਹਾਂ। ਅੱਜ ਮੇਸ਼ ਰਾਸ਼ੀ ਦੇ ਵਿੱਚ ਕੋਈ ਗ੍ਰਹਿ ਨਹੀਂ ਹੈਗਾ ਤਾਂ ਉਹ ਸਿਰਫ ਮੇਸ਼ ਰਾਸ਼ੀ ਵਾਲੇ ਹਨੂੰਮਾਨ ਚਾਲੀਸਾ ਜਾਂ ਹਨੂੰਮਾਨ ਜੀ ਦੀ ਪੂਜਾ ਕਰਨ ਦਾ ਬਿਹਤਰ ਹੈਗਾ। ਵਰਿਸ਼ ਰਾਸ਼ੀ ਦੇ ਵਿੱਚ ਇਸ ਸਮੇਂ ਸੂਰਜ ਦੇਵਤਾ ਚੱਲ ਰਹੇ ਆ ਤੇ ਸ਼ੁੱਕਰ ਅਸਤ ਹੋਇਆ ਹੋਇਆ, ਇਸ ਲਈ ਚਾਵਲ, ਗੇਹੂੰ ਜਾਂ ਬਿਸਕਿਟ ਦਾ ਦਾਨ ਕਰਨ ਦਾ ਬਹੁਤ ਵਧੀਆ ਹੋ ਸਕਦਾ। ਲਕਸ਼ਮੀ ਜੀ ਦੀ ਪੂਜਾ ਕਰਨ, ਸੂਰਿਆ ਨਾਰਾਇਣ ਦੀ ਵੀ ਪੂਜਾ ਕਰਨ। ਸੋ ਮਿਥੁਨ ਰਾਸ਼ੀ ਦੇ ਵਿੱਚ ਉੱਚ ਦੇ ਰਾਹੂ ਤੇ ਨਾਲ ਨਾਲ ਬੁੱਧ ਦੀ ਸਥਿਤੀ ਅੱਛੀ ਹੈਗੀ ਆ। ਐਸੀ ਹਾਲਤ ਦੇ ਵਿੱਚ ਦੁਰਗਾ ਚਾਲੀਸਾ ਤੇ ਸਰਸਵਤੀ ਚਾਲੀਸਾ ਦਾ ਪਾਠ ਵਧੀਆ ਹੋ ਸਕਦਾ। ਕਰਕ ਰਾਸ਼ੀ ਦੇ ਵਿੱਚ ਕੋਈ ਵੀ ਗ੍ਰਹਿ ਨਹੀਂ ਹੈ, ਤੁਸੀਂ ਮਹਾਮ੍ਰਿਤਿੰਜਾ ਮੰਤਰ ਦਾ ਜਾਪ ਕਰੋ ਤਾਂ ਜ਼ਿਆਦਾ ਵਧੀਆ। ਇਸੇ ਤਰੀਕੇ ਦੇ ਨਾਲ ਸਿੰਘ ਰਾਸ਼ੀ ਦੇ ਵਿੱਚ ਕੋਈ ਵੀ ਗ੍ਰਹਿ ਨਹੀਂ ਹੈ, ਤੁਸੀਂ ਅਦਿੱਤਿਆ ਹਰੀ ਦਾ ਸਤੋਤਰ ਦਾ ਪਾਠ ਕਰ ਸਕਦੇ ਹੋ ਤੇ ਕੰਨਿਆ ਰਾਸ਼ੀ ਦੇ ਵਿੱਚ ਕੋਈ ਵੀ ਗ੍ਰਹਿ ਨਹੀਂ ਹੈ, ਤੁਸੀਂ ਵੀ ਦੁਰਗਾ ਚਾਲੀਸਾ ਦਾ ਪਾਠ ਕਰ ਸਕਦੇ ਹੋ। ਤੁਲਾ ਰਾਸ਼ੀ ਦੇ ਵਿੱਚ ਉਸ ਦਿਨ ਖਾਲੀ ਹੋਏਗੀ, ਸੋ ਤੁਸੀਂ ਲਕਸ਼ਮੀ ਜੀ ਦਾ ਪਾਠ ਕਰੋ ਬਹੁਤ ਬਿਹਤਰ ਹੋਏਗਾ। ਜਦਕਿ ਵਿਰਸ਼ਿਕ ਰਾਸ਼ੀ ਦੇ ਵਿੱਚ ਨੀਚ ਦੇ ਚੰਦਰਮਾ ਵਿਰਾਜਮਾਨ ਹੋਣਗੇ, ਤੁਹਾਡੇ ਲਈ ਬਿਹਤਰ ਹੈ ਕਿ ਤੁਸੀਂ ਦੁੱਧ ਤੇ ਚੀਨੀ ਦਾ ਦਾਨ ਕਰੋ, ਨਾਲ ਹੀ ਨਾਲ ਹਨੂੰਮਾਨ ਚਾਲੀਸਾ ਦਾ ਪਾਠ ਵੀ ਕਰੋ, ਬਹੁਤ ਵਧੀਆ ਰਹੇਗਾ। ਤਨੂ ਰਾਸ਼ੀ ਵਾਲਿਆਂ ਦੇ ਲਈ ਜਿਹੜਾ ਹੈ ਉੱਚ ਦੇ ਕੇਤੂ ਉੱਥੇ ਬੈਠੇ ਗਣਪਤੀ ਜੀ ਤੇ ਵਿਸ਼ਨੂੰ ਜੀ ਦੀ ਆਰਾਧਨਾ ਕਰੋ। ਮਕਰ ਰਾਸ਼ੀ ਦੇ ਵਿੱਚ ਨੀਚ ਦੇ ਬ੍ਰਹਸਪਤੀ ਜੀ ਤੇ ਨਾਲ ਸ਼ਨੀ ਦੇ ਬੈਠੇ ਤਾਂ ਮਕਰ ਰਾਸ਼ੀ ਵਾਲੇ ਪੀਲੀਆਂ ਚੀਜ਼ਾਂ ਦਾ ਦਾਨ ਕਰਨ ਤੇ ਨਾਲ ਨਾਲ ਸ਼ਨੀ ਚਾਲੀਸਾ, ਵਿਸ਼ਨੂੰ ਚਾਲੀਸਾ ਦਾ ਪਾਠ ਕਰਨ। ਕੁੰਭ ਰਾਸ਼ੀ ਦੇ ਵਿੱਚ ਪੀੜਿਤ ਅਵਸਥਾ ਦੇ ਵਿੱਚ ਮੰਗਲ ਬੈਠੇ ਆ, ਤੁਸੀਂ ਮੰਗਲ ਦੀਆਂ ਵਸਤੂਆਂ ਦਾ ਦਾਨ ਕਰੋ, ਮਜ਼ਦੂਰਾਂ ਨੂੰ ਜਿਹੜਾ ਹੈ ਦੇ ਸਕਦੇ ਆ ਇਹ ਚੀਜ਼ਾਂ। ਤੇ ਸ਼ਨੀ ਦੇਵ ਤੇ ਵਿਸ਼ਨੂੰ, ਹਨੂੰਮਾਨ ਜੀ ਦੀ ਪੂਜਾ ਕਰੋ। ਆਖਿਰ ਦੇ ਵਿੱਚ ਮੀਨ ਰਾਸ਼ੀ ਬਿਲਕੁਲ ਖਾਲੀ ਬੈਠੀ ਹੈ, ਕੋਈ ਗ੍ਰਹਿ ਨਹੀਂ ਬੈਠਾ, ਤੁਸੀਂ
5 तारीख ਨੂੰ ਜਿਹੜਾ 5 ਜੂਨ ਨੂੰ ਹੈ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਜੇ ਵਧੀਆ ਲੱਗਿਆ ਤਾਂ ਉਹਨੂੰ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਸੋ ਜਾਣ ਤੋਂ ਪਹਿਲਾਂ ਇਹੀ ਕਹਾਂਗੇ ਕਿ ਜੇ ਸਾਨੂੰ ਕੰਟੈਕਟ ਕਰਨਾ ਤਾਂ ਸਕਰੀਨ ਤੇ ਸਾਡੇ ਨੰਬਰਸ ਹੈ ਟਾਈਮ ਲੈ ਕੇ ਆ ਸਕਦੇ ਹੋ ਟੈਲੀਫੋਨਿਕ ਅਪਾਇੰਟਮੈਂਟ ਲੈ ਸਕਦੇ ਹੋ ਤੇ ਇੱਕ ਇੰਪੋਰਟੈਂਟ ਗੱਲ ਕਿ ਸਭ ਤੋਂ ਵੱਡਾ ਦਰਸਾ ਮਾਂ ਦਾ ਹੁੰਦਾ ਹੈ ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਚੁੱਕੇ ਜਾਓ ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ ਗੁਰੂ ਜੀ ਨੇ ਦੱਸੇ ਰਸਤੇ ਤੇ ਚੱਲੋ ਝੂਠ ਨਾ ਬੋਲੋ ਗਾਲਾਂ ਨਾ ਕੱਢੋ ਕਿਸੇ ਦਾ ਮਾੜਾ ਨਾ ਕਰੋ ਤਕਦੀਰ ਬਹੁਤ ਵਧੀਆ ਹੋ ਜੂਗੀ ਧੀਆਂ ਨੂੰ ਕੁੱਖਾਂ 'ਚ ਨਾ ਮਾਰੀਓ ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਇਓ ਨਸ਼ਿਆਂ ਤੋਂ ਪਰਹੇਜ਼ ਕਰਿਓ ਤੇ ਦਸਵੰਧ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੋ ਤੁਹਾਡੀ ਸਾਰੀ ਲਾਈਫ ਵਧੀਆ ਹੋਊਗੀ ਕੱਲ੍ਹ ਫਿਰ ਮਿਲਾਂਗੇ ਨਮਸਕਾਰ।